ਲੈ ਇੱਧਰ ਫੜਾ ਫੋਨ ਚੱਲ। ਜਿਹੜੇ ਮਤਲਬ ਸ਼ੋਰਟ ਹੋਏ ਨੇ ਦੱਸਿਓ ਮੈਨੂੰ ਸਰ ਦੀਆਂ ਕੋਵਿਡ ਦੀਆਂ ਵੀ ਕੋਵਿਡ ਦਾ ਵੀ ਜਿਹੜਾ ਕਾਨੂੰਨ ਹੈ ਐਕਟ ਬਣਿਆ ਹੈ ਉਹਦੇ ਐਕਟ ਦੀ ਪਾਲਣਾ ਕਰਦੇ ਹੋਏ ਅੱਜ ਅਸੀਂ ਆਪਣੇ SDM ਇਨਾਲਾ ਨੇ ਸਾਡੇ RO ਨੇ ਉਹਨਾਂ ਦੇ ਅੱਜ ਆਪਣੇ ਕਾਰਜ ਦੀ ਸ਼ੁਰੂਆਤ ਕੀਤੀ ਹੈ। ਸਭ ਮੁੱਖ ਮੁੱਦਾ ਡਿਵੈਲਪਮੈਂਟ ਦਾ ਆ, ਦੂਸਰਾ ਮੁੱਦਾ ਜਿਹੜੇ ਨਸ਼ੇ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਦਿਨ ਦਿਹਾੜੇ ਦੇ ਨਸ਼ੇ ਵਿਕਦੇ ਨੇ, ਦਿਨ ਦਿਹਾੜੇ ਚੋਰੀਆਂ ਹੋ ਰਹੀਆਂ, ਠੰਡ ਦੇ ਸਾਹਮਣੇ ਮੋਟਰਸਾਈਕਲ ਚੁੱਕੇ ਜਾ ਰਹੇ ਆ। ਜੇ ਕੋਈ ਫੜ ਕੇ ਚੋਰ ਨੂੰ ਫੜਾਉਂਦਾ ਤਾਂ ਇਹ MLA ਦੇ ਕਹਿੰਦੇ ਛੱਡ ਦਿੰਦੇ, ਇਹਦੇ ਜਿਹੜੇ ਨਾਲ ਧਰਮ ਚੌਧਰੀ ਲੱਗੇ ਆ, ਬੇੜਾ ਗਰਕ ਹੋਇਆ ਪਿਆ, ਕੋਈ ਵਾਲੀਵਾਰ ਸੀ ਹੈ ਨਹੀਂ ਇਸ ਹਲਕੇ ਦਾ। ਇਹਦੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੋਣੀ ਹੈ, ਸਰ ਬਿਕਰਮ ਸਿੰਘ ਮਜੀਠੀਏ ਨੇ ਥੰਪਿੰਗ ਮਜੋਰਟੀ ਨੇ ਜਿੱਤਣਾ, ਅੱਜ ਨੋਟ ਕਰ ਲਿਓ। ਇਹਨਾਂ ਨੇ ਬੀਜ ਬੜਾ ਵਧੀਆ ਬੋਇਆ, 5 ਸਾਲ ਪਹਿਲਾਂ ਗੁਟਕਾ ਸਭਾ 'ਚ ਵੜ ਕੇ ਝੂਠੀਆਂ ਸਹੁੰਆਂ ਖਾ ਕੇ ਇਹੋ ਹੀ ਰਾਹੁਲ ਗਾਂਧੀ ਇਹਨੇ ਚੋਣ ਮੈਨੀਫੈਸਟੋ ਦੀ ਇੱਕ ਚੇਅਰਮੈਨ ਕਮੇਟੀ ਬਣਾਈ, ਉਹ ਕਮੇਟੀ ਮੈਂਬਰ ਬਣਾਏ ਸੀ, ਇਹਦੀ ਮੋਹਰ ਲੱਗੀ ਆ, ਇਹਦੀ ਮਾਂ ਦੀ ਉਹਦੇ 'ਚ ਮੋਹਰ ਲੱਗੀ ਆ, ਸ਼੍ਰੀਮਤੀ ਸੋਨੀਆ ਗਾਂਧੀ ਦੀ। ਬੇੜਾ ਗਰਕ ਹੋਇਆ ਪਿਆ, ਸਭ ਲਿਫਾਫੇ ਦੇਈ ਜਾਂਦੇ ਪਏ, ਲੋਕਾਂ ਨੇ ਝੂਠ ਹੀ ਬੋਲੀ ਜਾਂਦੇ ਪਏ, ਦਿੱਲੀਓਂ ਆ ਜਾਂਦੇ ਝੂਠ ਬੋਲ ਕੇ ਫਿਰ ਭੱਜ ਜਾਂਦੇ ਆ। ਇਹੋ ਹੀ ਰਾਹੁਲ ਗਾਂਧੀ ਜਿਹੜਾ ਪੰਜਾਬ ਨੂੰ ਨਸ਼ੇ ਕਹਿੰਦਾ ਨਸ਼ਈ ਹੋ ਗਿਆ, ਅੱਜ ਕਿਹੜੇ ਮੂੰਹ ਨਾਲ ਵੜਦਾ ਪਿਆ ਇੱਥੇ? ਇਹ 5 ਸਾਲ ਕਾਂਗਰਸ ਦਾ ਰਾਜ ਭਾਗ ਰਿਹਾ, ਇਹਨਾਂ ਕੀਤਾ ਕੀ ਆ ਸਵਾਏ ਲੋਕਾਂ ਨੂੰ ਗੁਮਰਾਹ ਕਰਨ ਤੋਂ?